ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪੀ ਸਿੰਘ ਸਗੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਪਣੀ ਇਸ ਵੀਡੀਓ ਚ ਤੇ ਸਾਰਿਆਂ ਨੂੰ ਨਮਸਤੇ ਜੀ ਸਲਾਮ ਆ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਛੋਟੀ ਜੀ ਖੁਸ਼ਖਬਰੀ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਕਿ ਹੁਣ ਆਪਾਂ ਜਿਹੜੀ YouTube ਦੇ ਉੱਤੇ ਜਿਹੜੇ ਸਾਡਾ ਚੈਨਲ ਆ ਇਹਦੇ 400 ਸਬਸਕ੍ਰਾਈਬਰ ਪੂਰੇ ਹੋ ਚੁੱਕੇ ਆ ਤੇ ਔਰ ਬੜੀ ਖੁਸ਼ੀ ਦੀ ਗੱਲ ਆ ਜੀ ਕਿ ਸਾਡੀ ਵੀਡੀਓ ਜਿਹੜੀ ਆ ਹੁਣ ਇਕੱਲੀ ਚੜ੍ਹਦੇ ਪੰਜਾਬ ਚ ਨਹੀਂ ਲਹਿੰਦੇ ਪੰਜਾਬ ਵਾਲ ਵੀ ਦੇਖ ਰਹੇ ਨੇ ਸਾਰੇ कि ਜਿਹੜੇ ਕਿ ਸਾਡੇ ਇਥੋਂ ਮਤਲਬ ਪਹਿਲਾਂ ਰਹਿੰਦੇ ਹੁੰਦੇ ਸੀਗੇ ਤਾਂ ਮੈਨੂੰ ਕੁਝ ਦਿਨਾਂ ਚ ਪਿਛਲੇ ਦਿਨਾਂ ਚ ਜਿਹੜਾ ਆ ਉਹਨਾਂ ਨੇ ਮੇਨ ਨਾਲ ਰਾਤ ਤੱਕ ਕਾਇਮ ਕੀਤਾ ਕੋਰੇ ਬਜ਼ੁਰਗ ਪਹਿਲਾਂ ਇੱਥੇ ਰਹਿੰਦੇ ਹੁੰਦੇ ਸੀਗੇ ਕਮਾਲਪੁਰ ਦੇ ਵਿੱਚ ਜਾਂ ਗਿਲਜੀਆਂ ਦੇ ਵਿੱਚ ਸਤੰਦ ਖਾਲ ਦੰਨੇ ਆ ਈਸ਼ਵਰ ਗਿਲਜੀਆਂ ਚ ਖੜਾ ਮੈਂ ਜਿੱਥੇ ਆਪਣੀ ਪੈਲੀ ਹੈ ਤੇ ਸੋ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ 400 ਸਬਸਕ੍ਰਾਈਬਰ ਆਪਣੇ ਹੋ ਗਏ ਆ ਤੇ ਮੇਰੀ ਛੋਟੀ ਜੀ ਕੋਸ਼ਿਸ਼ ਨੂੰ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਤੜਾ ਤੁਹਾਨੂੰ ਸਾਰਿਆਂ ਦਾ ਮੈਂ ਥੈਂਕਸ ਕਰਦਾ ਤੇ ਆਸ ਕਰਦਾ ਕਿ ਤੁਸੀਂ ਆਉਣ ਬੜੇ ਸਮੇਂ ਦੇ ਵਿੱਚ ਵੀ ਮੈਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਸੋ ਅੱਜ ਤੁਹਾਡੇ ਨਾਲ ਥੋੜੀ ਇਨਫੋਰਮੇਸ਼ਨ ਹੋਰ ਸ਼ੇਅਰ ਕਰਨੀ ਸੀਗੀ ਕਿਉਂਕਿ ਗਰਮੀਆਂ ਦਾ ਟਾਈਮ ਆ ਚੁੱਕਾ ਆ ਤੇ ਇਹਨਾਂ ਟਾਈਮ ਦੇ ਵਿੱਚ ਜਿਹੜਾ ਆ ਸਣਕ ਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ ਤਬਦੀਲੀਆਂ ਹੁੰਦੀਆਂ ਆ ਕੁਝ ਬਿਮਾਰੀ ਦਾ ਅਟੈਕ ਹੋ ਜਾਂਦਾ ਜਾਂ ਕੁਝ ਹੋਰ ਹੁੰਦਾ ਸੋ ਮੈਂ ਵੀ ਅੱਜ ਉਹੀ ਦਿਖ ਰਿਹਾ ਤਾਂ ਕੁਝ ਥਾਵਾਂ ਤੇ ਜਿੱਦਾਂ ਮਤਲਬ ਮੈਨੂੰ ਲੱਗਾ ਕਿ ਤੇਲਾ ਟਾਈਪ ਜਾਂ ਕਾਲਾ ਕੀੜਾ ਜਿਹਾ ਹੁੰਦਾ ਸੁੰਡੀ ਜਿਹੜੀ ਹੁੰਦੀ ਆ ਕਿਉਂਕਿ ਸਾਡੀ ਜਿਹੜਾ ਖੇਤ ਹੈ ਇੱਥੇ ਆਪਾਂ ਉਪਰਾਲੀ ਜਿਹੜੀ ਆ ਵਿੱਚ ਬਾਈ ਆ ਮਲਚਿੰਗ ਕਰਕੇ ਬੀਜੀ ਆ ਸੋ ਇਸ ਟਾਈਮ ਤੇ ਇਹ ਜਿਹੇ ਖੇਤਾਂ ਦੇ ਵਿੱਚ ਜਿਹੜਾ ਇਹ ਜੀ ਸਮੱਸਿਆ ਆ ਜਾਂਦੀ ਆ ਸੋ ਮੈਂ ਉਹੀ ਆਪਣੇ ਫਰੈਂਡਾਂ ਨਾਲ ਡਿਸਕਸ ਕਰ ਰਿਹਾ ਸੀਗਾ ਤਾਂ ਜਿਹੜੀ ਕਿ ਆਰਗੈਨਿਕ ਖੇਤੀ ਕਰਦੇ ਹੈਗੇ ਆ ਤਾਂ ਆਲਮੋਸਟ ਸਾਡੇ ਮਤਲਬ ਸਾਰਿਆਂ ਦੇ ਵਿਚਾਰ ਹੁੰਦਾ ਕਿ ਇਸ ਟਾਈਮ ਤੇ ਉੱਤੇ ਅਸੀਂ ਖੱਟੀ ਲੱਸੀ ਦੀ ਸਪਰੇਅ ਕਰੀਦੀ ਆ ਕੁਝ ਪਿਛੇ ਨੀਮ ਦਾ ਤੇਲ ਪਾਈਦਾ ਹੈ ਤੇ ਕੁਝ ਆਪਾਂ ਵਿੱਚ ਹੋਰ ਦੋ ਤਿੰਨ ਚੀਜ਼ਾਂ ਪਾਈ ਦੀਆਂ ਜਾਂ ਵਿਜਿਟਿਕ ਕੰਪੋਜ਼ਰ ਪਾਈਦਾ ਆ ਜਾਂ ਪਾਤੀਆਂ ਦਾ ਪਾਣੀ ਹੁੰਦਾ ਆ ਸੋ ਹੁਣ ਫਾਈਨਲੀ ਟਾਈਮ ਜਿਹੜਾ ਆ ਚੁੱਕਾ ਹੈ ਵੀ ਆਪਾਂ ਖੱਟੀ ਲੱਸੀ ਦੀ ਸਪਰੇਅ ਕਰੀਏ ਔਰ ਇਹ ਲੱਸੀ ਤੇ ਤਿਆਰ ਕਿਵੇਂ ਹੁੰਦੀ ਆ ਕਿ ਇੱਕ ਫੰਗੀਸਾਈਡ ਵੀ ਆ ਜਿਹੜਾ ਕਿ ਹਰ ਤਰ੍ਹਾਂ ਦੀ ਬਿਮਾਰੀ ਨੂੰ ਰੋਕਣ ਦੇ ਵਿੱਚ ਬਹੁਤ ਸક્ષਮ ਹੁੰਦਾ ਆ ਔਰ ਖੱਟੀ ਲੱਸੀ ਜਿਹੜੀ ਆ ਦਹੀਂ ਜਿਹੜਾ ਹੁੰਦਾ ਆਪਣਾ ਉਹਨੂੰ ਅਸੀਂ ਘੱਟੋ ਘੱਟ 10-1 ਕਡਰਮੀ ਚ ਪਾ ਕੇ ਰੱਖ ਛੱਡੀਦਾ ਔਰ ਉਹਨੂੰ ਖੱਟਾ ਕਰਨ ਵਾਸਤੇ ਜਾਂ ਉਹ ਚ ਵਿੱਚ ਉਹ ਤਤ ਲੈ ਕੇ ਆਉਣ ਲਈ ਭਾਂ ਵਿੱਚ ਆਪਣਾ ਜਿਹੜਾ ਤਾਂਬੇ ਦਾ ਭਾਂਡਾ ਹੁੰਦਾ ਉਹ ਰੱਖੀਦਾ ਤਾਂ ਉਸ ਤੋਂ ਬਾਅਦ ਜਿਹੜਾ 10 15 ਜਿਹੜਾ ਆਪਾਂ ਨੂੰ ਹੋਲਡ ਕਰੀਦਾ ਉਹ ਜਦੋਂ ਬਿਲਕੁਲ ਲੈ ਨੂੰ ਖੱਟੀ ਹੋ ਜਾਂਦੀ ਆ ਖਮੀਰ ਉੱਪਰ ਆ ਜਾਂਦਾ ਆ ਉਹਦਾ ਜਿਹੜਾ ਅਸੀਂ ਪਰ ਇੱਕੜ ਦੇ ਹਿਸਾਬ ਦੇ ਨਾਲ ਜਿਹੜਾ ਆਪਾਂ ਕੋਲ ਵੱਖਰਾ ਤਿਆਰ ਕਰ ਲਈਦਾ ਉਹ ਚ ਨੀਮ ਦਾ ਤੇਲ ਪਾ ਕੇ ਤੇ ਜਾਂ ਹੋਰ ਦੋ ਤਿੰਨ ਚੀਜ਼ਾਂ ਛੱਟ ਪਰ ਕੇ ਭਾਂ ਜਿਹੜਾ ਆ ਉਹਦੀ ਸਪਰੇਅ ਕਰ ਦੀਦੀ ਆ ਸੋ ਫਾਈਨਲੀ ਹੁਣ ਟਾਈਮ ਆ ਚੁੱਕਾ ਹੈ ਕਿ ਉਹ ਸਭ ਕੰਮ ਕੀਤੇ ਜਾਣ ਤੇ ਰਾਂ ਦਿਖਾਉਂਦਾ ਮੈਂ ਪਿੱਛੇ ਇਹ ਸਾਡੇ ਹੈਗੀ ਡੀਬੀਡਬਲ 187 ਵੈਰੈਟੀ ਔਰ ਇਸ ਪਾਸੇ ਜਿਹੜੀ ਹੈਗੀ ਆਪਣੀ ਬੰਸੀ ਕਣਕ ਹੈ ਸੋ ਹੁਣ ਲਗਭਗ ਸਾਰੇ ਪਾਸੇ ਜਿਹੜਾ ਅਸੀਂ ਇਸ ਵੈਰੈਟੀ ਦੇ ਉੱਪਰ ਜਿਹੜਾ ਲਸੀ ਦਾ ਸਪਰੇਅ ਕਰਾਂਗੇ ਔਰ ਉਸ ਤੋਂ ਬਾਅਦ ਦਾ ਨਾਨ ਆਰਗੈਨਿਕ ਖੇਤੀ ਜਬ 13045 ਕਰੀਦਾ ਆ ਤਾਂ ਉਸੇ ਤਰ੍ਹਾਂ ਹੀ ਇੱਥੇ ਪਾਤੀਆਂ ਦਾ ਪਾਣੀ ਦਾ ਸਪਰੇਅ ਕੀਤਾ ਜਾਏਗਾ ਬੰਸੀ ਕਣਕ ਦੇ ਵਿੱਚ ਤੇ ਬਾਕੀ ਜਿਹੜੀ ਆਪਾਂ ਮੰਡੀ ਵਿੱਚ ਨਹੀਂ ਹੁੰਦੀ ਕਣਕ ਉੱਥੇ ਤੁਸੀਂ ਜਿਹੜਾ 13045 12 on ਤੇ ਜਿਹੜਾ ਆ ਇੱਕ ਫੰਗੀਸਾਈਡ ਜਾਂ ਸਿੰਗਲ ਟੈਕਨੀਕਲ ਜਾਂ ਡਬਲ ਟੈਕਨੀਕਲ ਤੁਸੀਂ ਸਪਰੇਅ ਕਰ ਸਕਦੇ ਹੋ ਇਸ ਟਾਈਮ ਤੇ ਕਿਉਂਕਿ ਇੱਕ ਸਹੀ ਸਮਾਂ ਆ ਕਿਉਂਕਿ ਦਿਨ ਨਾ ਰਾਤ ਦੇ ਟੈਂਪਰੇਚਰ ਰਾਤ ਦੇ ਟੈਂਪਰੇਚਰ ਜਿਹੜਾ ਹੈਗਾ ਆ ਤਾਂ ਆਪਾਂ ਵਿੱਚ ਕਾਫੀ ਫਰਕ ਹੋ ਚੁੱਕਾ ਆ ਤਾਂ ਇਸ ਟਾਈਮ ਦੇ ਉੱਤੇ ਜਿਹੜਾ ਤੇਲੇ ਦਾ ਔਰ ਇਹਦੇ ਖਾਸ ਕਰਕੇ ਛੋਟੀ ਕੀਟਾਂ ਦਾ ਬਹੁਤ ਜ਼ਿਆਦਾ ਹਮਲਾ ਹੁੰਦਾ ਆ ਸੋ ਆਪਣੇ ਆਪਣੇ ਖੇਤਾਂ ਨੂੰ ਜਦੋਂ ਜਾਣੇ ਹੁੰਨੇ ਆ ਤੇ ਪ੍ਰੋਪਰ ਸਾਰਾ ਉਹਦਾ ਧਿਆਨ ਰੱਖੋ ਉਨਾਂ ਸਰਚ ਕਰੋ ਕੋਈ ਕੋਈ ਚੀਜ਼ ਐਸੀ ਜਿਹੜੀ ਆ ਤੁਹਾਨੂੰ ਨਜ਼ਰ ਆਉਂਦੀ ਆ ਤਾਂ ਤੁਸੀਂ ਜਰੂਰ ਉਹਦੇ ਨਾਲ ਆਪਣੇ ਦੁਕਾਨਦਾਰਾਂ ਦੇ ਨਾਲ ਜਾਂ ਕਿਸੇ ਦੋਸਤ ਜਿਹੜਾ ਕਿ ਖੇਤੀ ਕਰਦਾ ਉਹਨਾਂ ਨਾਲ ਸ਼ੇਅਰ ਕਰੋ ਤੇ ਇਹਦਾ ਹੱਲ ਲੱਭੋ ਤੇ ਆਪਣਾ ਫਸਲ ਨੂੰ ਤੰਦਰੁਸਤ ਕਰੋ ਸੋ ਫਾਈਨਲੀ ਜਿਹੜਾ ਇਸ ਵੀਡੀਓ ਦੇ ਇੱਥੇ ਐਂਡ ਕਰਦੇ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਮੈਂ 400 ਸਬਸਕ੍ਰਾਈਬਰ ਹੋ ਗਏ ਆ ਹਾਲਾਂਕਿ ਇਹ ਬਹੁਤ ਥੋੜੇ ਆ ਤੇ ਪਰ ਸਾਡੀ ਕੋਸ਼ਿਸ਼ ਜਾਰੀ ਹੈ ਜੀ ਆ 400 ਆ ਕੱਲ ਨੂੰ 4000 ਵੀ ਹੋਣਗੇ ਕਟ ਸਾਰਿਆਂ ਦਾ ਪਿਆਰ ਤੇ ਮਿਲਦਾ ਰਹੇ ਤੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਵੀਰਾਂ ਦਾ ਮੈਂ ਬਹੁਤ ਬਹੁਤ ਥੈਂਕਸ ਕਰਦਾ ਜਿਹਨਾਂ ਦੀ سپورਟ ਮੈਨੂੰ ਮਿਲ ਰਹੀ ਆ ਤੇ ਹੋਰ ਬਾਹਲੇ ਦੇਸ਼ਾਂ ਦੇ ਵਿੱਚ ਵੀ ਜਿਹੜੇ ਮੈਨੂੰ ਅਮਰੀਕਾ ਜਾਂ ਕੈਨੇਡਾ ਪਾਸੇ ਦਿਖ ਰਹੇ ਨੇ ਮੇਰੇ ਚਾਚਾ ਜੀ ਅਮਰੀਕਾ ਚ ਨੇ ਸੋ ਅਕਸਰ ਉਹ ਵੀਡੀਓ ਦੇਖਦੇ ਰਹਿੰਦੇ ਆ ਤੇ ਉਹ ਕਹਿੰਦੇ ਆਂਦੇ ਵਿੱਚ ਬੇਟਾ ਰੀਅਲਿਸਟਿਕ ਬਣਾਇਆ ਕਰ ਵੀਡੀਓ ਤਾਂ ਕਿ ਮੈਨੂੰ ਇਦਾਂ ਲੱਗੇ ਕਿ ਮੈਂ ਆਪਣੇ ਖੇਤਾਂ ਵਿੱਚ ਹੀ ਬੈਠਾ ਆ ਸੋ ਮੇਰੀ ਕੋਸ਼ਿਸ਼ ਹੁੰਦੀ ਆ ਮੈਂ ਬਿਨਾਂ ਐਡਿਟ ਕੀਤੇ ਆ ਵੀਡੀਓ ਜਿਹੜੀਆਂ ਬਿਲਕੁਲ ਰੀਅਲ ਰੂਪ ਦੇ ਵਿੱਚ ਮੈਂ ਪੋਸਟ ਕਰਦਾ ਹੁੰਨਾ ਕੋਈ ਵਿੱਚ ਮੈਂ ਤਾਕੀ ਤੁਹਾਨੂੰ ਸਾਰਿਆਂ ਨੂੰ ਇਦਾਂ ਲੱਗੇ ਕਿ ਤੁਸੀਂ ਆਪਣੇ ਖੇਤਾਂ ਵਿੱਚ ਹੀ ਬੈਠੇ ਹੋ ਔਰ ਖੇਤਾਂ ਨੂੰ ਜਿਹੜਾ ਮਾਰ ਰਹੇ ਹੋ ਦੇਖ ਰਹੇ ਹੋ ਸੋ ਠੀਕ ਹੈ ਜੀ ਇਸ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਦੋਸਤਾਂ ਦੇ ਨਾਲ ਜਿਹੜੇ ਕਿ ਦੂਰ ਪਾਰ ਬੈਠੇ ਹੋਏ ਨੇ ਸੋ ਜਹਾ ਆਪਣੇ ਕਮਾਲਪੁਰ ਗਿਲ ਜਿਆ ਪਿੰਡ ਦੇ ਨਾਮ ਬਿਲੋਂਗ ਕਰਦੇ ਨੇ ਤੇ ਸੋ ਮੇਰੀ ਕੋਸ਼ਿਸ਼ ਹੋਈ ਕਿ ਵੱਧ ਤੋਂ ਵੱਧ ਮੈਂ ਵੀਡੀਓ ਜਿਹੜੀਆਂ ਇਦਾਂ ਦੀਆਂ ਲੈ ਕੇ ਆਵਾਂ ਤੇ ਆਪਣਾ ਪਿਆਰ ਆਪਣਾ ਸਹਿਯੋਗ ਜਰੂਰ ਦਿੰਦੇ ਰਹੋ ਮਿਲਦੇ ਆਂ ਨੈਕਸਟ ਵੀਡੀਓਜ਼ ਤਦ ਤੱਕ ਲਈ ਧੰਨਵਾਦ